ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਵਾਇਨਾਰ ਤੋਂ ਚੁਣੇ ਜਾਣ ਤੇ ਇੱਕ ਜਨਤਕ ਨੁਮਾਇंदे ਵਜੋਂ ਇਹ ਉਹਨਾਂ ਦੀ ਪਹਿਲੀ ਫੇਰੀ ਜ਼ਰੂਰ ਹੋਵੇਗੀ ਪਰ ਇੱਕ ਲੋਕ ਕੁਲਾਟੀਏ ਵਜੋਂ ਨਹੀਂ ਕਿਉਂਕਿ ਲੋਕਤੰਤਰ ਨਿਆਂ ਤੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਲਈ ਲੜਨਾ ਉਹਨਾਂ ਦੇ ਜੀਵਨ ਦੀ ਨਹੀਂ ਹੈ ਪ੍ਰਿਯੰਕਾ ਗਾਂਧੀ ਨੇ 31 ਅਕਤੂਬਰ ਨੂੰ ਵਾਇਨਾਡ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਉਹਨਾਂ ਨੇ ਵਾਇਨਾਡ ਦੇ ਲੋਕਾਂ ਨੂੰ ਲਿਖੇ ਇੱਕ ਖੁੱਲੇ ਪੱਤਰ ਵਿੱਚ ਕਿਹਾ ਹੈ ਕਿ ਉਹ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਗੇ ਤੇ ਉਹਨਾਂ ਦੀ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਉਹਨਾਂ ਦੀ ਮਦਦ ਕਰਨਗੇ ਲੋਕਾਂ ਨੂੰ ਉਸ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਿਅੰਕਾ ਗਾਂਧੀ ਵਾਰਡਰਾ ਨੇ ਕਿਹਾ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਦੇ ਕੰਮ ਨਾਲ ਵਾਇਨਾਡ ਦੇ ਲੋਕਾਂ ਨਾਲ ਉਹਨਾਂ ਦੇ ਸਬੰਧ ਹੋਰ ਗੂੜੇ ਹੋਣਗੇ ਤੇ ਉਹ ਉਹਨਾਂ ਦੀ ਲੜਾਈ ਲੜਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਵਾਇਨਾਡ ਦੇ ਲੋਕ ਇਸ ਯਾਤਰਾ ਵਿੱਚ ਮੇਰੇ ਮਾਰਗਦਰਸ਼ਕ ਤੇ ਅਧਿਆਪਕ ਹੋਣਗੇ। ਪ੍ਰਿਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਲੋਕਤੰਤਰ, ਨਿਆਂ ਤੇ ਸਾਡੇ ਸੰਵਿਧਾਨ ਵਿੱਚ ਦਰਜ ਮੁੱਲਾਂ ਲਈ ਲੜਨਾ ਮੇਰੇ ਜੀਵਨ ਦੀ ਨੀ ਰਹੀ ਹੈ।